ਐ ਮੈਨੋਂ ਔਖਾ ਤਾਂ ਨਹੀਂ ਹੁੰਦਾਗਾ ਕਿ ਮੈਨੂੰ ਕੰਮ ਨਹੀਂ ਹੁੰਦਾ ਹਾਂਜੀ ਔਖਾ ਤਾਂ ਹੁੰਦਾ ਜੀ ਪਰ ਰੋਟੀ ਤਾਂ ਖਾਣੀ ਹੈ ਜੀ ਮਿਹਨਤ ਕਰਕੇ ਹੀ ਖਾਣੀ ਪੈਣੀ ਰੋਟੀ ਤਾਂ ਹੂੰ ਕਿਸੇ ਮੁਰੇ ਹੱਥ ਠੱਡਾਂਗੇ ਤਾਂ ਸੌਗ ਲਗਾ ਗੱਲ ਕਰੀਗਾ ਕਈ ਵਾਰ ਹੈ ਹੁੰਦਾ ਜਿਵੇਂ ਹੁਣ ਉਹ ਸਾਰੇ ਪਿੱਛੇ ਦੇਖ ਰਹੇ ਹੋ ਉਹ ਝੋਨਾ ਲਗਾ ਰਹੇ ਨੇ ਉਹ ਥੋੜਾ ਹੱਥ ਵੀ ਉਹਨਾਂ ਦਾ ਤੇਜ਼ ਹੋਏਗਾ ਔਰ ਕਿਉਂਕਿ ਉਸ ਰੇੜ ਪੱਖੋਂ ਪੂਰੇ ਨਹੀਂ ਹਨਾ ਤਾਂ ਐ ਹੁੰਦਾ ਕਿ ਮਿਹਨਤ ਥੋੜੀ ਘੱਟ ਮਿਲਦੀ ਹੋਵੇ ਉਹਨਾਂ ਤੋਂ ਮਿਲਦੀ ਹੈ ਜੀ ਬਹੁਤ ਘੱਟ ਮਿਲਦੀ ਹੈ ਮਿਹਨਤ ਜੇ ਉਹਨਾਂ ਦੀ 500 ਹੈ ਤੇ ਮੈਨੂੰ 250 ਹੀ ਮਿਲਣਾ ਹੈ ਕਰਚ ਕੋਣ ਕੋਣ ਹੈ ਤੁਹਾਡੇ ਕਰਚ ਮਾਤਾ ਜੀ ਮੇਰਾ ਭਰਾ ਹੈ ਜੀ ਇੱਕ ਛੋਟੇ ਛੋਟੇ ਭਤੀਜੇ ਆ ਮੈਂ ਤੇ ਮਾਤਾ ਇੰਗ ਜੀ ਆ ਕਰਦੇ ਆ ਆਪ ਦਾ ਭਰਾ ਤੁਹਾਡਾ ਜੀ ਅੱਛਾ ਵਿਆਹੇ ਹੋਏ ਨੇ ਹਾਂਜੀ ਵਿਆਹੇ ਹੋਏ ਅੱਛਾ ਤੇ ਫਿਰ ਮਮਾ ਕੀ ਕੰਮ ਕਰਦੇ ਥੋੜੇ ਮਮਾ ਤਾਂ ਤਾਂ ਕੁਛ ਨਹੀਂ ਹੁੰਦਾ ਜੀ ਇਹ ਤਾਂ 80 ਸਾਲ ਦੀ ਹੈ ਜੀ ਅੱਛਾ ਹਾਂਜੀ ਉਹਨੂੰ ਤਾਂ ਮੈਂ ਹੀ ਕਰਕੇ ਖਵਾਉਣਾ ਦੇ ਵੀ ਤੁਸੀਂ ਕਹਿ ਰਹੇ ਹੋ ਕਿ ਮਰਮਾਨ ਨਹੀਂ ਆਇਆ ਹਨਾ ਤੇ ਤੁਸੀਂ ਕੰਮ ਕਾਜ ਵੀ ਕਰਦੇ ਹੋ ਕਦੀ ਐ ਦੇਨ ਆਇਆ ਕਿ ਜਿੱਦਨ ਕੰਮ ਬਿਲਕੁਲ ਨਾ ਮਿਲਿਆ ਹੋਵੇ ਕੱਚ ਕੋਈ ਪੈਸਾ ਨਾ ਹੋਇਆ ਹੋਵੇ ਔਰ ਭੁੱਖੇ ਵੀ ਸੌਣਾ ਪਿਆ ਹੋਵੇ ਬਹੁਤ ਮਾੜੇ ਮਾੜੇ ਦਿਨ ਆਏ 2-2 ਦਿਨ ਵੀ ਰਹਿਣਾ ਪੈਂਦਾ ਇੱਕਦਿਹਾ ਭੁੱਖੇ ਹਾਂ ਜੀ ਕਈ ਏਰੀ ਕੰਮ ਨਹੀਂ ਮਿਲਦਾ ਹੁਣ ਦਿਹਾੜੀ ਤਾਂ ਲੈਂਦਾ ਨਹੀਂ ਕੋਈ ਛੇਤੀ ਦਾ ਹਾਂ ਅੱਲਾਹ ਕਹਿੰਦਾ ਦੀ ਲੱਤ ਖਰਾਬ ਇਥੋਂ ਕਿੱਥੇ ਦਿਹਾੜੀ ਹੋਣੀ ਹਾਂ ਕਰ ਤੱਕ ਜਾ ਰਾ ਜਦੋਂ ਮੈਂ ਲੈ ਕੇ ਜਾਣਾ ਫਿਰ ਇਤੋਂ ਪੈਸਾ ਤੇ ਲਗਰ ਮਾਂ ਤਾਂ ਦੇ ਹੱਥ ਦੇ ਧਰਦਾ ਫਿਰ ਰੋਟੀ ਬੰਦਦੀ ਹੈ ਜਾ ਕੇ ਮੇਰੇ ਸਾਡੇ ਬੜੇ سارے ਅਰਮਾਨ ਹੁੰਦੇ ਨੇ ਸੁਪਨੇ ਹੁੰਦੇ ਨੇ ਅਸੀਂ ਪੂਰਾ ਕਰਨਾ ਚਾਹੁੰਦੇ ਹੁੰਨੇ ਕਿ ਅਸੀਂ ਨਾ ਆ ਬੰਨਾਇਆ ਤੁਸੀਂ ਕਦੀ ਸੋਚਿਆ ਸੀ ਕਿ ਮੈਂ ਇਹ ਚੀਜ਼ ਬੰਨਣੀ ਹੈ ਔਰ ਮੇਰਾ ਖੁਆਬ ਜਿਹੜਾ ਅਧੂਰਾ ਰਹਿ ਗਿਆ ਨਹੀਂ ਜੀ ਕਦੀ ਨਹੀਂ ਸੋਚਿਆ ਸੀ ਗਾਏ ਹਮ ਸੋਚਣ ਦਾ ਗਰੀਬੀ ਨਾਲ ਟਾਈਮ ਹੀ ਨਹੀਂ ਦਿੱਤਾ ਜੀ ਬਸ ਗਰੀਬੀ ਹੀ ਨਹੀਂ ਸੀਗੀ ਸਰਕਾਰ ਦੇ ਵੱਲੋਂ ਤੁਹਾਨੂੰ ਕੋਈ ਮਦਦ ਮਿਲਦੀ ਹੈ ਜਿਵੇਂ ਅਪਾਹਜ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਕੋਈ ਪੈਨਸ਼ਨ ਆਉਂਦੀ ਹੈ ਨਹੀਂ ਜੀ ਕੁਛ ਨਹੀਂ ਮਿਲਦਾ ਜੀ ਪੈਨਸ਼ਨ ਨਹੀਂ ਮਿਲਦੀ ਗਿਆ ਸੀਗਾ ਜੀ ਮੋਗੇ ਡਾਕਟਰ ਕੋਲੇ ਉਹਨੇ ਕਿਹਾ ਸੀਗਾ ਵੀ ਤੇਰੀ ਨਹੀਂ ਪੈਨਸ਼ਨ ਲੱਗਣੀ ਹਾਂਜੀ ਮੈਂ ਇਸ ਕਰਕੇ ਫਿਰ ਵਾਪਸ ਮੁੜ ਆਇਆ ਕਾਰਨ ਕੀ ਦੱਸਿਆ ਉਹਨਾਂ ਨੇ ਕਿਉਂ ਨਹੀਂ ਲੱਗਣੀ ਕਾਰਨ ਕੋਈ ਨਹੀਂ ਕਹਿੰਦੇ ਵੀ ਤੇਰੀ ਲਗਣੀ ਨਹੀਂ ਪੈਨਸ਼ਨ ਬਸ ਗੱਲ ਨਹੀਂ ਸੁਣੀ ਉਹਨਾਂ ਨੇ ਮੇਰੀ ਕੋਈ ਵੀ ਨਹੀਂ ਕਨੀ ਤਾਂ ਗਰੀਬ ਕਰਕੇ ਨਹੀਂ ਸੁਣੀ ਪਤਾ ਨਹੀਂ ਕੀ ਸਾਫ ਕਿਤਾਬ ਲੱਗਿਆ ਜੀ ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਤੁਹਾਡੇ ਪਿੰਡ ਦੇ ਸਰਪੰਚ ਨਾਲ ਕੋਈ ਦੀ ਮੁਲਾਕਾਤ ਨਹੀਂ ਹੋਈ ਉਹਨਾਂ ਨੂੰ ਨਹੀਂ ਕਿਹਾ ਪਿੰਡ ਦੇ ਸਰਪੰਚ ਨੂੰ ਵੀ ਕਿਹਾ ਸੀਗਾ ਜੀ ਉਹਨੇ ਵੀ ਬਸ ਇਹ ਗੱਲ ਕਹੀ ਆ ਵੀ ਕਾਗਜ਼ ਭਰ ਦੇ ਤੇ ਤੇਰੀ ਪੈਨਸ਼ਨ ਆ ਜਾਓ ਬਸ ਇੰਨੀ ਗੱਲ ਕਹਿ ਕੇ ਤੇ ਚੁੱਪ ਕਰ ਜਾਂਦੇ ਆ ਹੱਥਾਂ 'ਚ ਛਾਲੇ ਸਾਡੇ ਪੈਰਾਂ 'ਚ ਵਿਆਈਆਂ ਨੇ ਖੂਨ ਤੇ ਪਸੀਨੇ ਨਾਲ ਕੀਤੀਆਂ ਕਮਾਈਆਂ ਨੇ ਹੋਰਾਂ ਵਾਂਗੂ ਸਾਨੂੰ ਵਿਚਾਰਾਂ ਕਿੱਥੇ ਆਉਂਦੀਆਂ ਨੇ ਮਿਹਨਤਾਂ ਦਾ ਮੁੱਲ ਸਰਕਾਰਾਂ ਕਿੱਥੇ ਪਾਉਂਦੀਆਂ ਨੇ ਤੇ ਸਾਡੀ ਕੁਲੀ 'ਚ ਬਹਾਰਾਂ ਕਿੱਥੇ ਆਉਂਦੀਆਂ ਨੇ ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮਨਦੀਪ ਕੌਰ ਸੰਧੂ ਕੁਲੀ 'ਚ ਬਹਾਰਾਂ ਦੀ ਗੱਲ ਤੇ ਮਿਹਨਤ ਦੀ ਗੱਲ ਕਿਉਂ ਕੀਤੀ ਹੈ ਮੇਰੇ ਪਿੱਛੇ ਜੋ ਤਸਵੀਰ ਇੱਕ ਵਾਰ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਹਰਮੇਸ਼ ਹੈ ਔਰ ਤਸਵੀਰ ਤੁਸੀਂ ਜੋ ਦੇਖੋਗੇ ਆਪਣੇ ਆਪ ਹੀ ਅੰਦਾਜ਼ਾ ਲੱਗ ਜਾਵੇਗਾ ਕਿ ਅੱਜ ਮੈਂ ਇਸ ਨੌਜਵਾਨ ਦੇ ਨਾਲ ਤੁਹਾਡੀ ਮੁਲਾਕਾਤ ਕਿਉਂ ਕਰਵਾਉਣ ਪਾਂਚੀ ਹੋਈ ਆ ਛੋਨਾ ਲਗਾ ਰਿਹਾ ਹੈ ਪਿੰਡ ਰੌਵ ਵਾਲਾ ਵਿਖੇ ਸੋ ਇਹ ਨੌਜਵਾਨ ਵੀ ਮੋਗਾ ਜ਼ਿਲ੍ਹਾ ਦੇ ਪਿੰਡ ਮਾਨੁਕੇ ਦਾ ਰਹਿਣ ਵਾਲਾ ਹਰਮੇਸ਼ ਪਰ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਇਸ ਸਥਿਤੀ ਦੇ ਵਿੱਚ ਆ ਕੇ ਇਹ ਗੱਲ ਕਹਿੰਦੇ ਕਿ ਸਰ ਤੋਂ ਕੰਮ ਕਾਜ ਨਹੀਂ ਹੁੰਦਾ ਜਾਣ ਤਾਂ ਅਸੀਂ ਪੀਖ ਮੰਗਣਾ ਸ਼ੁਰੂ ਕਰ ਦਿੰਨੇ ਆ ਜਾਂ ਲੋਕਾਂ ਦੇ ਅੱਗੇ ਹੱਥ ਠੜੜਨੇ ਸ਼ੁਰੂ ਕਰ ਦਿੰਨੇ ਆ ਸੋ ਬਟ ਇਸ ਨੌਜਵਾਨ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਰੋਟੀ ਹੱਕ ਦੀ ਖਾਈਏ ਭਾਵੇਂ ਅਸੀਂ ਬੂਟ ਪਾਸ਼ਾ ਪਾਲਸ਼ਾ ਕਰੀਏ ਤੇ ਭਾਵੇਂ ਅਸੀਂ ਝੋਨਾ ਲਗਾਈਏ ਇਹ ਤਸਵੀਰ ਜੋ ਤੁਸੀਂ ਸਾਡੇ ਨਾਲ ਦੇਖ ਰਹੇ ਹੋ ਇਹ ਹਰਮੇਸ਼ ਹਰਮੇਸ਼ ਵੀਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਮੈਂ ਕਹਿੰਦੀ ਥੋੜੇ ਤੁਹਾਨੂੰ ਡਿਸਟਰਬ ਕਰਾਂਗੀ ਥੋੜਾ ਥੜਾ ਕੰਮ ਰੁਕਾਂ ਕਿ ਤੁਸੀਂ ਇੱਕ ਵਾਰ ਜ਼ਰੂਰ ਆਜੋ ਸਾਡੇ ਨਾਲ ਆਪਾਂ ਗੱਲਬਾਤ ਕਰ ਲਈਏ ਕਿਉਂਕਿ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦੇ ਆਂ ਕਿ ਇਹ ਨੌਜਵਾਨ ਤੁਸੀਂ ਆਉਂਦਾ ਦੇਖ ਲਓ ਇੱਕ ਵਾਰ ਤੇ ਆਪਣੇ ਆਪ ਹੀ ਤੁਹਾਨੂੰ ਮਾਣ ਹੋਏਗਾ ਹਰਮੇਸ਼ ਤੇ ਕਿ ਜਿਸ ਮਾਂ ਨੇ ਇਸ ਨੂੰ ਜਨਮ ਆਇਆ ਉਹ ਮਾਂ ਵੀ ਬਹੁਤ ਖੁਸ਼ਕਿਸਮਤ ਹੈ ਕਿ ਉਸਦੇ ਪੁੱਤ ਨੇ ਕਿਸੇ ਅੱਗੇ ਹੱਥ ਨਹੀਂ ਫਲਾਇਆ ਆਪਣੀ ਮਿਹਨਤ ਦੀ ਕਮਾਈ ਕਰ ਰਿਹਾ ਸੋ ਹਰਮੇਸ਼ਵਰੇ ਇੱਕ ਵਾਰ ਤੁਸੀਂ ਜ਼ਰੂਰ ਆ ਜਾਓ ਆਪਾਂ ਬਹਿ ਕੇ ਗੱਲ ਕਰਦੇ ਆ ਮੈਨੂੰ ਲੱਗਦਾ ਕਿ ਇਦਾਂ ਮੈਂ ਤੁਹਾਨੂੰ ਤੁਹਾਡੇ ਤੋਂ ਗੱਲਬਾਤ ਨਹੀਂ ਹੋਏਗੀ ਤੇ ਆਪਾਂ ਬਾਹਰ ਹੀ ਆ ਚੰਨੇ ਆ ਵੀਰੇ ਹਾਸ਼ੀ ਗਾਲ ਸ੍ਰੀ ਗਾਲ ਠੀਕ ਠਾਕ ਹੋ ਤੁਸੀਂ ਹਾਂਜੀ ਵਧੀਆ ਜੀ ਠੀਕ ਠਾਕ ਕਦੋਂ ਤੋਂ ਲਾ ਰਹੇ ਹੋ ਇੱਥੇ ਝੋਨਾ ਇਹ ਜਦੋਂ ਦਾ ਝੋਨਾ ਚੱਲਿਆ ਜੀ ਉਦੋਂ ਦਾ ਹੀ ਲਾ ਰਹੇ ਹਾਂ ਹਮ ਮੈਂ ਵੈਸੇ ਦੇਖ ਰਹੀ ਸੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ ਸੀ ਤੁਹਾਡੀ ਦੀਪ ਕੰਗ ਉਹਨਾਂ ਦੇ ਵੱਲੋਂ ਜਿਹੜੀ ਵੀਡੀਓ ਪਾਈ ਗਈ ਸੀ ਅਸੀਂ ਉਹ ਵੀ ਦੇਖੀ ਐ ਉਸ ਤੋਂ ਬਾਅਦ ਇੱਥੇ ਆਉਣਾ ਹੋਇਆ ਤੇ ਵੀਰੇ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਤੁਹਾਨੂੰ ਸਲੂਟ ਆ ਕਿ ਤੁਸੀਂ ਅ ਇਸ ਸਥਿਤੀ ਦੇ ਵਿੱਚ ਆਪਣੇ ਹੱਥ ਦੀ ਕਮਾਈ ਕਰ ਰਹੇ ਹੋ ਔਰ ਆਪ ਹੀ ਕਮਾ ਕੇ ਖਾ ਰਹੇ ਹੋ ਕਿਸੇ ਦੇ ਮਹਤਾਜ ਨਹੀਂ ਬਣੇ ਇੱਕ ਦਿਖਿਆਲ ਆਇਆ ਮਨ ਦੇ ਵਿੱਚ ਕਿ ਮੈਂ ਇਹ ਕੰਮ ਨਹੀਂ ਕਰਨਾ ਮੇਰੇ ਤੋਂ ਹੋਣਾ ਨਹੀਂ ਹੈ ਨੀ ਵਧੀਆ ਹੁੰਦਾ ਜੀ ਕੰਮ ਹਾਂਜੀ ਮਿਹਨਤ ਵਧੀਆ ਕਰੀਦੀ ਐ ਕਰਕੇ ਹੀ ਖਾਈਦੀ ਭਲਾ ਥੋੜੀ ਖਾਲ ਗਈ ਹਾਂਜੀ ਅ ਜਦੋਂ ਤੋਂ ਚੋਨਾ ਸ਼ੁਰੂ ਹੋਇਆ ਹੁਣ ਤੱਕ ਕਿੰਨੇ ਕ ਕਰਾਂਦੇ ਜਾਂ ਕਿੰਨੇ ਕ ਪਿੰਡਾਂ 'ਚ ਚੋਨਾ ਲਗਾ ਚੁੱਕੇ ਹਾਂ ਇੱਥੇ ਹੀ ਲਾਇਆ ਜੀ ਇੱਕ ਥਾਂ ਹੀ ਲਾਇਆ ਜੀ ਚੋਨਾ ਹਾਂਜੀ ਪਿੰਡ rau ਵਾਲੇ ਦੇ ਵਿੱਚ ਕਿੰਨੇ ਕਿੱਲਾਂ ਤੇ ਲਗਾ ਲਿਆ ਹੁਣ ਕਹੀ ਲਗਾ ਹੀ ਲੈ 10 ਪਰਾਂਗ ਲੈ ਤੇ ਹਾਂਜੀ ਇਹ ਜਦੋਂ ਹੁਣ ਤੁਸੀਂ ਇਹ ਚੋਨਾ ਲਗਾ ਰਹੇ ਸੀ ਥੋੜਾ ਔਖਾ ਤਾਂ ਨਹੀਂ ਹੋ ਜਾਂਦਾ ਇਦਾਂ ਲਗਾਉਣ ਦੇ ਲਈ ਕਿਉਂਕਿ ਜਿਵੇਂ ਥੰਡਉ ਤੇ ਥ੍ਰੀ ਪੱਕੇ ਥੋੜੇ ਜਿਹੇ ਅਧੂਰੇ ਹੋ ਤੇ ਇਹ ਐਵੇਂ ਔਖਾ ਤਾਂ ਨਹੀਂ ਹੁੰਦਾਗਾ ਕਿ ਮੈਨੂੰ ਕੰਮ ਨਹੀਂ ਹੁੰਦਾ ਹਾਂਜੀ ਔਖਾ ਤਾਂ ਹੁੰਦਾ ਜੀ ਪਰ ਰੋਟੀ ਤਾਂ ਖਾਣੀ ਹੈ ਜੀ ਮਿਹਨਤ ਕਰਕੇ ਹੀ ਖਾਣੀ ਪੈਣੀ ਰੋਟੀ ਤਾਂ ਹੂੰ ਕਿਸੇ ਮੁਰੇ ਹੱਥ ਟੱਡਾਂਗੇ ਤਾਂ ਸੌਗ ਲਾ ਗੱਲ ਕਰੇਗਾ ਹੂੰ ਮਿਹਨਤ ਤਾਂ ਕਰਨੀ ਪੈਣੀ ਹੈ ਜੀ ਜੋ ਮਾਰਾ ਇਨੇ ਲਾਇਆ ਦੋਖੋ ਤਾਂ ਭੋਗਣਾ ਤਾਂ ਪੈਣਾ ਹੀ ਹੈ ਜੀ ਅਹ ਬਰੇਤੋ ਸੇ ਹੁਣ ਜਿੱਦਾਂ ਹੁਣ ਤਾਂ ਸੀਜ਼ਨ ਚੱਲ ਰਿਹਾ ਝੋਨੇ ਦਾ ਹਨਾ ਤੇ ਇਸ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਕੀ ਕੰਮ ਕਾਰ ਸੀ ਤੁਹਾਡਾ ਉਦੋਂ ਗੁਜ਼ਾਰਾ ਕਿਵੇਂ ਚੱਲਦਾ ਸੀ ਇਸ ਤੋਂ ਪਹਿਲਾਂ ਜੀ ਪੱਠੇ ਦਾ ਕੰਮ ਕਰਦੇ ਸੀਗੇ ਅਸੀਂ ਅੱਛਾ ਹਾਂਜੀ ਹਿੱਟਾ ਕੱਢਦੇ ਸੀ ਕੱਚੀ ਬੈ ਕੇ ੱਟ ਕੱਢ ਲੈਣਾ ਜੀ 12-1300 ੱਟ ਕੱਢਦੇ ਸੀ ਅੱਛਾ ਜੀ ਹਾਂਜੀ ਉੱਥੇ ਬੰਨ ਜਾਂਦਾ ਪੱਠਾ ਕਿੱਥੇ ਸੀਗਾ ਉਹ ਪੱਠਾ ਵੀ ਲੱਗ ਗਈ ਹੈ ਜੀ ਸਾਹਮਣੇ ਪੱਠਾ ਦੀ ਸੰਡਿਆ ਜੀ ਆ ਅੱਛਾ ਅੱਛਾ ਪਿੰਡ rau wale ਦੇ ਵਿੱਚ ਹੀ ਆ ਹਾਂਜੀ ਠੀਕ ਹੈ ਉੱਥੇ ਫਿਰ ਕਿੰਨੇ ਕੁ ਦਿਹਾੜੀ ਪੈ ਜਾਂਦੇ ਸੀਗੇ ਉੱਥੇ ਬਣ ਜਾਂਦਾ ਸੀ 2 ਹਾਂਜੀ ਅ ਕਈ ਵਾਰ ਹੈ ਹੁੰਦਾ ਜਿਵੇਂ ਹੁਣ ਉਹ ਸਾਰੇ ਪਿੱਛੇ ਦੇਖ ਰਹੇ ਹੋ ਉਹ ਝੋਨਾ ਲਗਾ ਰਹੇ ਨੇ ਉਹ ਥੋੜਾ ਹੱਥ ਵੀ ਉਹਨਾਂ ਦਾ ਤੇਜ਼ ਹੋਏਗਾ ਔਰ ਕਿਉਂਕਿ ਉਸ ਰੇੜ ਪੱਖੋਂ ਪੂਰੇ ਨਹੀਂ ਹਨਾ ਤਾਂ ਐ ਹੁੰਦਾ ਕਿ ਮਿਹਨਤ ਥੋੜੀ ਘੱਟ ਮਿਲਦੀ ਹੋਵੇ ਉਹਨਾਂ ਤੋਂ ਮਿਲਦੀ ਹੈ ਜੀ ਬਹੁਤ ਘੱਟ ਮਿਲਦੀ ਹੈ ਮਿਹਨਤ ਜੇ ਉਹਨਾਂ ਦੀ 500 ਹੈ ਤੇ ਮੈਨੂੰ 250 ਹੀ ਮਿਲਣਾ ਜੀ ਅੱਛਾ ਹਾਂਜੀ ਪਰ ਤੁਸੀਂ ਸਾਰਾ ਦਿਨ ਖੱਪਦੇ ਹੋ ਪਾਣੀ ਵੀ ਬਹੁਤ ਤੱਤਾ ਏ ਔਰ ਉਪਰੋਂ ਸਿਖਰ ਦੁਪਹਿਰਾ ਇਸ ਵੇਲੇ ਹੋਇਆ ਏ ਤੇ ਵਿੱਚੋ ਬ੍ਰੇਕ ਮਿਲਦੀ ਹੁੰਦੀ ਆ ਵਿੱਚੋਂ ਥੋੜਾ ਟਾਈਮ ਮਿਲ ਜਾਂਦਾ ਕਿ ਬਹੁਤ ਜ਼ਿਆਦਾ ਤੇਜ਼ ਤੋਂ ਉੱਪਰ ਆ ਰਹੀ ਤੇ ਥੋੜਾ ਜਿਹਾ ਸਾਹ ਲਾ ਲਈਏ ਹਾਂਜੀ ਕਿਤੇ 10 ਮਿੰਟ ਮਿਲ ਵੀ ਜਾਂਦਾ ਕਿਤੇ ਲਈ ਵੀ ਜਾਈਦਾ ਕਿਤੇ ਨਹੀਂ ਵੀ ਮਿਲਦਾ ਜੀ ਹੂੰ ਕਿਤੇ ਆਪ ਨੂੰ ਐ ਹੁੰਦਾ ਵੀ ਚੱਲ ਕੋਈ ਗੱਲ ਨਹੀਂ ਆਪਦੀ 4 ਪੈਸੇ ਬਣਨਗੇ ਇਹ ਕਰਾਂਗੇ ਤਾਂ ਇਹ ਹੂੰ ਤੇ ਐਦਾਂ ਜਿੱਦਾਂ ਤੁਸੀਂ ਉੱਥੇ ਮਾਨੁਕੇ ਦੇ ਰਹਿਣ ਵਾਲੇ ਹੋ ਪਰ ਇੱਧਰ ਨੂੰ ਆਉਣਾ ਕਿਵੇਂ ਹੋਇਆ rauwala ਦੇ ਵਿੱਚ ਇਥੇ ਜੀ ਰਿਸ਼ਤੇਦਾਰੀ ਆ ਰਿਸ਼ਤੇਦਾਰੀ ਚ ਰਹਿੰਦਾ ਸੀਗਾ ਜੀ ਮੈਂ ਹਾਂਜੀ ਤੇ ਮੜ ਕੇ ਮੈਂ ਪਹਿਲਾ ਸੀਜ਼ਨ ਲਾਇਆ ਵੀਰੇ ਤੁਸੀਂ ਜੇ ਬਹਿਣਾ ਤਾਂ ਆਪਾਂ ਬਹਿ ਸਕਦੇ ਆ ਜੇ ਤੁਸੀਂ ਇਥੇ ਪੱਕਾ ਸਹੀ ਆ ਤੁਸੀਂ ਜੇ ਬਹਿਣਾ ਤਾਂ ਬਹਿ ਚੀਏ ਬਹਿ ਜੀ ਆਪਾਂ ਭਾਜੀ ਠੀਕ ਹੈ ਠੀਕ ਹੋ ਤੁਸੀਂ ਪੱਕੀ ਗੱਲ ਆ ਨਾ ਅੱਛਾ ਤੇ ਜਿੱਦਾਂ ਇੱਧਰ ਨੂੰ ਆਣਾ ਕਿਵੇਂ ਹੋਇਆ ਇੱਧਰ ਪਿੰਡ ਇਸ ਵੱਲ ਇਸ ਪਿੰਡ ਵੱਲ ਜੀ ਜੋ ਨਾਲ ਇੱਥੇ ਕੁੜੀ ਵੀ ਆਈ ਪਾਣ ਜੀ ਮੇਰੀ ਅੱਛਾ ਜੀ ਤੇ ਉੱਤੇ ਮੈਂ ਰਹਿੰਦਾ ਸੀ ਉਹਨਾਂ ਕੋਲੇ ਤੇ ਇੱਥੇ ਫਿਰ ਮੈਂ ਲਾਉਣ ਲੱਗਿਆ ਚੋਨਾ ਹੀ ਅੰਕਲ ਜੀ ਹੁਣਾਂ ਨੇ ਮੇਰੇ ਤੇ ਤਰਸ ਕੀਤਾ ਹੂੰ ਅੱਛਾ ਜੀ ਅੰਕਲ ਜੀ ਹੁਣੇ ਕਹਿੰਦੇ ਵੀ ਤੈਨੂੰ ਰੋਟੀ ਪਾਵਾਂਗੇ ਅਸੀਂ ਜ਼ਰੂਰ ਵੀ ਤੂੰ ਆਪਦੀ ਬਹੁਤ ਮਿਹਨਤ ਕਰਦਾ ਵਾ ਹੂੰ ਇਹ ਸੰਕਲ ਹੁਣਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਕਰ ਹੂੰ ਜਾਇਆ ਜੀ ਹੂੰ ਹਾਂਜੀ ਇੱਥੇ ਤੁਸੀਂ ਇਸ ਪਿੰਡ ਵਿੱਚ ਆਏ ਹੋ ਜਿਹੜੇ ਵੀਰੇ ਨੇ ਤੁਹਾਡੀ ਵੀਡੀਓ ਪਾਈ ਸੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਜੀ ਬਹੁਤ ਧੰਨਵਾਦ ਉਹਨਾਂ ਦਾ ਹੂੰ ਸ਼ੁਕਰੀਆ ਜੀ ਉਹਨਾਂ ਨੇ ਜੋ ਮੇਰੀ ਵੀਡੀਓ ਪਾਈ ਆ ਹੂੰ ਉਦੋਂ ਦੇ ਮੈਨੂੰ ਕੋਈ ਕੁਛ ਲੈ ਕੇ ਬੰਦੇ ਕਰਦੇ ਆ ਜੀ ਆਪਣੀ ਹੂੰ ਹਾਂਜੀ ਅ ਘਰ ਚ ਕੌਣ ਕੌਣ ਹੈ ਤੁਹਾਡੇ ਘਰ ਚ ਮਾਤਾ ਜੀ ਮੇਰਾ ਭਰਾ ਹੈ ਜੀ ਇੱਕ ਹੂੰ ਛੋਟੇ ਛੋਟੇ ਭਤੀਜੇ ਆ ਹੂੰ ਮੈਂ ਤੇ ਮਾਤਾ ਇਹ ਗੁਜ਼ਾਰਾ ਕਰਦੇ ਆ ਆਪਦਾ ਹੂੰ ਭਰਾ ਤੁਹਾਡਾ ਹੈ ਜੀ ਅੱਛਾ ਵਿਆਹੇ ਹੋਏ ਨੇ ਹਾਂਜੀ ਉਹ ਵਿਆਹੇ ਹੋਇਆ ਅੱਛਾ ਤੇ ਫਿਰ ਮਮਾ ਕੀ ਕੰਮ ਕਰਦੇ ਥੋੜੇ ਮਮਾ ਤਾਂ ਤਾਂ ਕੁਛ ਨਹੀਂ ਹੁੰਦਾ ਜੀ ਉਹ ਤਾਂ 80 ਸਾਲ ਦੀ ਹੈ ਜੀ ਅੱਛਾ ਹਾਂਜੀ ਹਉਨ ਤਾਂ ਮੈਂ ਹੀ ਕਰਕੇ ਖਵਾਉਣਾ ਜੀ ਮੈਂ ਹੀ ਰੋਟੀ ਪਾਣੀ ਮੇਰੇ ਚੱਲੇ ਤੇ ਸਾਰਾ ਕੁਝ ਡੈਡੀ ਤਾਂ ਮੇਰਾ ਡੈੱਥ ਹੋਈ ਹੈ ਜੀ ਅੱਛਾ ਜੀ ਹਾਂਜੀ ਡੈਡੀ ਤਾਂ ਗੁਜ਼ਰਿਆ ਜੀ ਮੇਰਾ ਅੱਛਾ ਜੀ ਹਉਨ ਤਾਂ ਅੱਜ 2 ਸਾਲ ਹੋ ਚੱਲੇ ਆ ਜੀ ਤਾਂ ਨਸ਼ਾ ਪੱਤਾ ਖਾਂਦਾ ਸੀਗਾ ਜੀ ਅੱਛਾ ਤੇ ਉਹਦੀ ਡੈੱਥ ਹੋ ਗਈ ਜੀ ਆ ਮਾਂ ਇਹਨਾਂ ਦੇ 80 ਸਾਲ ਦੇ ਨੇ ਭਰਾ ਘਰ ਤੋਂ ਵੱਖਰਾ ਉਹ ਆਪਣਾ ਹੀ ਗੁਜ਼ਾਰਾ ਕਰਦੇ ਨੇ ਤੇ ਇਹੀ ਵੀਰ ਇੱਥੇ ਝੋਨਾ ਲਾਉਂਦੇ ਨੇ ਫਿਰ ਪਹਿ ਛੋਣੇ ਤੋਂ ਪਹਿਲਾਂ ਪੱਠੇ ਤੇ ਕੰਮ ਕਰਿਆ ਕਰਦੇ ਸੀ ਉੱਥੇ ਕੰਮ ਕਾਜ ਕਰਨ ਤੋਂ ਬਾਅਦ ਫਿਰ ਇਹ ਜਾ ਕੇ ਘਰੇ ਆਪਣੀ ਮਾਂ ਦੇ ਹੱਥ ਤੇ ਪੈਸੇ ਧਰ ਦਿੰਨੇ ਔਰ ਘਰ ਦੇ ਵਿੱਚ ਰੋਟੀ ਪੱਕਦੀ ਆ ਜਿੱਥੇ ਹੁਣ ਤੁਸੀਂ ਛੋਣਾ ਲਾ ਰਹੇ ਹੋ ਇਹ ਵੀਰ ਹੁਣੇ ਤੁਹਾਨੂੰ ਰੋਟੀ ਪਾਣੀ ਇਹ ਦਿੰਦੇ ਆ ਜਾਂ ਤੁਸੀਂ ਆਪਣਾ ਲੈ ਕੇ ਆਉਨੇ ਨਹੀਂ ਜੀ ਇਹ ਹੀ ਦਿੰਦੇ ਆ ਰੋਟੀ ਪਾਣੀ ਹੁਣ ਤਾਂ ਜੀ ਹਾਂਜੀ ਜਣਿੰਮ ਕੇ ਰੋਟੀ ਪਾਣੀ ਦਾ ਅਗਲੇ ਖਰਚਾ ਲੈਂਦੇ ਆ ਜੀ ਮਾੜਾ ਮੂਠਾ ਹਮ ਜਿੰਨਾ ਵੀ ਹੋ ਸਕਦਾ ਹਾਂ ਹਾਂਜੀ ਜਿਸ ਤਰ੍ਹਾਂ ਆਮ ਤੌਰ ਤੇ ਅਸੀਂ ਦੇਖਦੇ ਆਂ ਬਹੁਤ ਲੋਕ ਨੇ ਜੋ ਪੈ ਹੱਥਾਂ ਪਹਿਰਨ ਤੋਂ ਮੋਥਾ ਛੁੰਦੇ ਨੇ ਔਰ ਅਸੀਂ ਆਮ ਤੌਰ ਤੇ ਬੱਸ ਸਟੈਂਡ ਜਾਂਦੇ ਆਂ ਰੇਲਵੇ ਸਟੇਸ਼ਨ ਜਾਂਦੇ ਆਂ ਜੇ ਕਿਤੇ ਰਾਚ ਤੁਰੇ ਜਾਈਏ ਸਾਨੂੰ ਬਹੁਤ ਲੋਕ ਮਿਲਣਗੇ ਜੋ ਜਿਵੇਂ ਤੁਸੀਂ ਉਹ ਐਵੇਂ ਦੇ ਸੇਮ ਹਨਾ ਪਰ ਅਸੀਂ ਆਮ ਤੌਰ ਤੇ ਉਹਨਾਂ ਦੇ ਹੱਥਾਂ 'ਚ ਇੱਕ ਉਹ ਦੇਖ ਲੈਣੇ ਕਿ ਇਸ ਸਰਫ ਫੜੀ ਹੁੰਦੀ ਆ ਸ਼ੀਸ਼ੇ ਸਾਫ ਕਰਨ ਲੱਗ ਜਾਂਦੇ ਨੇ 10 ਰੁਪਏ ਲੈ ਲੈਂਦੇ ਨੇ ਜਾਮ ਤੌਰ ਤੇ ਦੇਖਦੇ ਆ ਕਿ ਉਹ ਇਹ ਮੰਗਦੇ ਨੇ ਕਿ ਮੈਂ ਤਾਂ ਤੁਰਿਆ ਨਹੀਂ ਜਾਂਦਾ ਮੈਂ ਇਲਾਜ ਕਰਵਾਉਣਾ ਆ ਤਾਂ ਮੈਨੂੰ ਪੈਸੇ ਦੇ ਦੋ ਉਹ ਹੱਥ ਅਟਦੇ ਲੋਕਾਂ ਅੱਗੇ ਹਨਾ ਪਰ ਤੁਸੀਂ ਨਹੀਂ ਅੱਡਿਆ ਤੁਸੀਂ ਮਿਹਨਤ ਕੀਤੀ ਆ ਇਹਨੂੰ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੂੰਗੀ ਬਸ ਮਿਹਨਤ ਹੀ ਕਰਦੇ ਰਵਾਂਗੇ ਜੀ ਜਿਵੇਂ ਹੁਣ ਮਿਹਨਤ ਕਰਦੇ ਐਵੇਂ ਕਰਦੇ ਰਵਾਂਗੇ ਭਲਾ ਥੋੜੀ ਖਾ ਲਵੇ ਪਰ ਕਿਸੇ ਤੋਂ ਮੰਗਣਾ ਨਹੀਂਗਾ ਜੀ ਹਾਂਜੀ ਆ ਇਹ ਜਿਹੜਾ ਤੁਹਾਨੂੰ ਰੋਗ ਲੱਗਾ ਹੈ ਇਹ ਕਦੋਂ ਹੋਇਆ ਸੀ ਇਹ ਰੋਗ ਕਿਦੋਂ ਸ਼ੁਰੂ ਬਚਪਨ ਤੋਂ ਹੀ ਸੀਗਾ ਜਾਂ ਬਾਅਦ ਦੇ ਵਿੱਚ ਕੁਝ ਬਾਅਦ ਦੇ ਵਿੱਚ ਹੋਇਆ ਜੀ ਛੋਟਾ ਜਿਹਾ ਸੀਗਾ ਇਸ ਟਾਈਮ ਬੁਖਾਰ ਦੇ ਵਿੱਚ ਟੀਕਾ ਲੱਗ ਗਿਆ ਸੀਗਾ ਜੀ ਡਾਕਟਰ ਤੋਂ ਹੂੰ ਬੁਖਾਰ ਜ਼ਿਆਦਾ ਸੀਗਾ ਹੂੰ ਤੇ ਉੱਥੋਂ ਬਸ ਲੱਤ ਖੜ ਗਈ ਜੀ ਹੂੰ ਇਲਾਜ ਗਰੀਬੀ ਦਾ ਕਰਕੇ ਨਹੀਂ ਕਰਾਇਆ ਗਿਆ ਜੀ ਗਰੀਬੀ ਨਹੀਂ ਸੀ ਘਰ ਤੇ ਹੂੰ ਹਾਂਜੀ ਹੋੜ ਵੀ ਜਦੋਂ ਤੁਸੀਂ ਇੱਥੇ ਕੰਮਕਾਜ ਕਰਦੇ ਹੋ ਆ ਕਿ ਹਨਾ ਤੇ ਇਸੇ ਇਸੇ ਹਾਲਤ ਵਿੱਚ ਪਰ ਕਈ ਵਾਰ ਅੱਕ ਜਾਂਦਾ ਮਨ ਕਿ ਮੇਰੇ ਤੋਂ ਨਹੀਂ ਹੁੰਦਾ ਕੰਮ ਮੈਂ ਨਹੀਂ ਕਰਨਾ ਨਹੀਂ ਜੀ ਕਦੇ ਨਹੀਂ ਅੱਕੇ ਮਨ ਫਿਰ ਕਰਨਾ ਹੀ ਪੈਣਾ ਜੀ ਜਦੋਂ ਪਤਾ ਰੋਟੀ ਕਰਕੇ ਹੀ ਖਾਣੀ ਪੈਣੀ ਹੈ ਜੀ ਹਾਂ ਤਾਂ ਨਹੀਂ ਮਾਨਾ ਕਦੇ ਜੀ ਕਦੇ-ਕਦੇ ਤਾਂ ਆਪ ਨੂੰ ਫੀਲਿੰਗ ਹੁੰਦੀ ਆ ਵੀ ਆਪਣੇ ਨਾਲ ਇਹ ਮਹਾਰਾਜ ਨੇ ੱੱਕਾ ਕੀਤਾ ਹਾਂ ਹਾਂ ਜੀ ਦੇ ਵੀ ਤੁਸੀਂ ਕਹਿ ਰਹੇ ਹੋ ਕਿ ਮੇਰਾ ਮੰਨਣ ਹੀ ਆਖਿਆ ਹਨਾ ਤੇ ਤੁਸੀਂ ਕੰਮ ਕਾਜ ਵੀ ਕਰਦੇ ਹੋ ਕਦੀ ਐ ਦੇਨ ਆਇਆ ਕਿ ਜਿੱਦਨ ਕੰਮ ਬਿਲਕੁਲ ਨਾ ਮਿਲਿਆ ਹੋਵੇ ਕੱਚ ਕੋਈ ਪੈਸਾ ਨਾ ਹੋਇਆ ਹੋਵੇ ਔਰ ਭੁੱਖੇ ਵੀ ਸੌਣਾ ਪਿਆ ਹੋਵੇ ਹਾਂਜੀ ਬਹੁਤ ਮਾੜੇ ਮਾੜੇ ਦਿਨ ਆਏ ਆ ਇਹ ਦੋ ਦੋ ਦਿਨ ਵੀ ਰਹਿਣਾ ਪੈਂਦਾ ਇੱਕ ਦਿਨ ਭੁੱਖੇ ਹੂੰ ਹਾਂਜੀ ਕਈ ਏਰੀ ਕੰਮ ਨਹੀਂ ਮਿਲਦਾ ਹੁਣ ਦਿਹਾੜੀ ਤਾਂ ਲੱਜਾਂਦਾ ਨਹੀਂ ਕੋਈ ਛੇਤੀ ਤਾਂ ਹੂੰ ਅਗਲਾ ਕਹਿੰਦੇ ਦੀ ਲੱਤ ਖਰਾਵੇ ਇਤੋਂ ਕਿੱਥੇ ਦਿਹਾੜੀ ਹੋਣੀ ਹੂੰ ਹਾਂਜੀ ਨੀ ਸਟ੍ਰੀਮ ਉਸ 3 ਨਾਲ ਜਾਈਦਾ ਜੀ ਉਹ ਵੀ ਉੱਥੇ ਘੱਟ ਮਿਹਨਤੀ ਮਿਲਦੀ ਜੀ ਅਗਲੇ ਨੂੰ 500 ਮਿਲਦਾ ਜੀ ਹੂੰ ਤੇ ਮੈਨੂੰ ਤਾਂ 250 ਮਿਲਦਾ ਜੀ ਹੂੰ ਹਾਂਜੀ ਅੱਜ ਵੀ ਤੁਸੀਂ ਕਹਿ ਰਹੇ ਸੀ ਕਿ ਅਸੀਂ ਦੋ ਦੋ ਦਿਨ ਭੁੱਖੇ ਵੀ ਸੌਏ ਆ ਮੈਨੂੰ ਉਹ ਥੋੜਾ ਜਿਹਾ ਸਮਾਂ ਦੱਸ ਸਕਦੇ ਹੋ ਕਿਉਂਕਿ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨਾ ਇਹ ਬਹੁਤ ਦਿਲ ਵੱਡੇ ਵਾਲੇ ਆ ਹਨਾ ਕੋਈ ਨਾ ਕੋਈ ਆ ਕੇ ਜ਼ਰੂਰ ਤੁਹਾਡੀ ਬਾਹਵਾਂ ਵੀ ਫੜੇਗਾ ਕਿਉਂਕਿ ਬਹੁਤ ਲੋਕ ਇਸ ਦੁਨੀਆ ਤੇ ਚੰਗੇ ਵੀ ਵੱਸਦੇ ਨੇ ਜੋ ਕਿਸ ਦਾ ਦਰਦ ਦੇਖਦੇ ਨੇ ਤਾਂ ਪੱਜੇ ਆਉਂਦੇ ਨੇ ਕਿ ਸਾਡੇ ਇਸ ਪੰਜਾਬੀ ਵੀਰ ਦੇ ਹਾਲਾਤ ਐਵੇਂ ਦੇ ਨੇ ਤਾਂ ਪੰਜਾਬੀਆ ਦਿਲ ਸ਼ੁਰੂ ਤੋਂ ਬੜੇ ਵੱਡੇ ਰਹੇ ਨੇ ਸ਼ਾਇਦ ਕੋਈ ਨਾ ਕੋਈ ਤੁਹਾਨੂੰ ਇੱਥੇ ਦੇਖੇ ਤਾਂ ਜ਼ਰੂਰ ਤੁਹਾਡੇ ਤੱਕ ਪਹੁੰਚ ਵੀ ਕਰੇਗਾ ਹਨਾ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਜਦੋਂ ਤੁਹਾਡੇ ਤੇ ਵੇਲਾ ਆਇਆ ਸੀ ਕਿ ਤੁਹਾਨੂੰ 2 ਦਿਨ ਭੁੱਖੇ ਵੀ ਰਹਿਣਾ ਪਿਆ ਉਹ ਵੇਲਾ ਕਿਹੜਾ ਸੀ ਔਰ ਕਿਉਂ ਉਹ ਜੀ ਵੇਲਾ ਕਿਹੜਾ ਸੀ ਮੇਰਾ ਡੈਡੀ ਗੁਜਰ ਗਿਆ ਮੈਂ ਛੋਟਾ ਸੀਗਾ ਜੀ ਤੇ ਮਾਤਾ ਤੇ ਮੈਂ ਸੀਗੇ ਦੋਨੇ ਦੂ ਦੂਸਰੇ ਤਾਂ ਆਪ ਦੇ ਆੱਡੇ ਆ ਹੂੰ ਫਿਰ ਮੈਂ ਤਾਂ ਹੀ ਲਿਆਉਂਦੀ ਸੀ ਕਿਤੋਂ ਨਾ ਕਿਤੋਂ ਮੜ ਕੇ ਮੈਂ ਜਵਾਨ ਹੋ ਗਿਆ ਜੀ ਹੂੰ ਮੜ ਕੇ ਮੈਂ ਲਿਆਉਣ ਲੱਗ ਗਿਆ ਫਿਰ ਹੁਣ ਥੋੜੀ ਥੋੜੀ ਸਰਕਲ ਚੱਲਦਾ ਏ ਥੋੜਾ ਥੋੜਾ ਜਿੰਨੀ ਕਮਾਈ ਕਰਦੇ ਹੂੰ ਉਹਨਾਂ ਕ ਖਾ ਲਈਦਾ ਜੀ ਹੂੰ ਹਾਂਜੀ ਤੇ ਮਾਤਾ ਕਰ ਰਹੇ ਨੇ ਤੇ ਜਦੋਂ ਤੁਸੀਂ ਘਰ ਜਾਨੇ ਹੋ ਘਰ ਦਾ ਫਿਰ ਗੁਜ਼ਾਰਾ ਕਿੰਨੇ ਕ ਫਿਰ ਵੀ ਇੱਕ ਮਹੀਨੇ ਚ ਜਾਂ ਇੱਕ ਦਿਨ ਚ ਕਿਨਾਂ ਕ ਕਮਾ ਲੈਨੇ ਆ ਇੱਕ ਦਿਨ ਚ ਬੰਦ ਆਈ ਤੇ 400 ਰੁਪਏ ਹੈ ਜੀ ਹਾਂਜੀ ਕਰਦਾ ਗਜ਼ਾਰਾ ਜਦੋਂ ਮੈਂ ਲੈ ਕੇ ਜਾਣਾ ਫਿਰ ਇਥੋਂ ਪੈਸਾ ਥੇਲਾ ਫਰਮਾਤਾਂਦੇ ਹੱਥ ਦੇ ਧਰਦਾ ਫਿਰ ਰੋਟੀ ਬੰਨਦੀ ਆਈ ਜਾ ਕੇ ਹਾਂ ਪਹਿਲਾਂ ਤੁਸੀਂ ਮਾਨੂਕੇਵਾਲ ਤੋਂ ਬੱਸੇ ਆਂਦੇ ਹੋ ਇੱਥੇ ਇੱਥੇ ਕਿਦਾਂ ਪਹੁੰਚਦੇ ਇਸ ਪਿੰਡ ਵਿੱਚ ਇਸ ਪਿੰਡ ਦੇ ਵਿੱਚ ਜੀ ਮੈਂ ਬਸ ਹੀ ਬਹਿ ਕੇ ਹੁਣਾ ਜੀ ਹਾਂਜੀ ਨਾ ਤੁਸੀਂ ਇੱਥੇ ਪੈਨ ਕੋਲ ਰਹਿੰਦੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਅੱਜ ਵੀ ਆਏ ਅੱਜ ਵੀਰ ਅਨੁਸਾਰ ਜੀ ਫੋਨ ਕੀਤਾ ਸੀਗਾ ਤਾਂ ਪਤਾ ਲੱਗੇ ਮੈਂ ਕਿਹਾ ਵੀਰ ਚੋਂ ਨਾ ਲਾਉਂਦੇ ਕਿ ਨਹੀਂ ਲਾਉਂਦੇ ਇੱਥੇ ਪੁੱਛ ਲੈਣੇ ਆ ਤਾਂ ਇਹ ਆਪਣੇ ਪਿੰਡ گئے ਹੋਏ ਸੀ ਕਿਸੇ ਕੰਮੀ ਤਾਂ ਫਿਰ ਉਸ ਤੋਂ ਬਾਅਦ ਵੀਰ ਕਹਿੰਦੇ ਮੈਂ ਜਾਣਾ rau ਵਾਲੇ ਤਾਂ ਫਿਰ ਇਹ ਅੱਜ ਪਹਿਲਾਂ ਬਸ ਤੇ ਆਏ ਬਸ ਤੋਂ ਗਾਓ ਆਟੋ ਲਿਆ ਆਟੋ ਤੋਂ ਗਾਂ ਇੱਥੇ ਪਹੁੰਚਿਆ ਹਾਲਾਂਕਿ ਵੀਰ ਨੂੰ ਅਸੀਂ ਕਿਹਾ ਵੀ ਸੀ ਅਸੀਂ ਤੁਹਾਨੂੰ ਕੋਈ ਗੱਲ ਨਹੀਂ ਗੱਡੀ ਤੇ ਬਿਠਾ ਕੇ ਲੈ ਜਾਾਂਗੇ ਪਰ ਵੀਰ ਸਾਡੇ ਨਾਲ ਬੈਠੇ ਨਹੀਂ ਆ ਬਾਅਦ ਚ ਅਸੀਂ ਆਉਂਦੇ ਤੱਕੇ ਨਾਲ ਕਿਹਾ ਕਿ ਵੀਰੇ ਨਹੀਂ ਆਪਾਂ ਤੁਹਾਨੂੰ ਗੱਡੀ ਚ ਬਿਠਾ ਕੇ ਲੈ ਕੇ ਜਾਵਾਂਗੇ ਸੋ ਬਾਅਦ ਵਿੱਚ ਜਿਹੜਾ ਵੀਰਾ ਇੱਥੇ ਸਾਡੇ ਨਾਲ ਬੈਠਾ ਜ਼ਰੂਰ ਹੈ ਔਰ ਸਾਡੇ ਨਾਲ ਇੱਥੇ ਆਏ ਨੇ ਤੇ ਪਿਛਲੇ ਕਾਫੀ ਦਿਨਾਂ ਤੋਂ ਝੋਨਾ ਲਾ ਰਿਆ ਸੀ ਵੀਡੀਓ ਇਹਨਾਂ ਦੀ ਵਾਇਰਲ ਹੋ ਰਹੀ ਸੀ ਲੋਕ ਜਿਹੜੇ ਸੀ ਇਹਨਾਂ ਨੂੰ ਬਹੁਤ ਮੁਹੱਬਤ ਵੀ ਕਰ ਰਹੇ ਨੇ ਕਿ ਇੱਕ ਮਿਹਨਤ ਕਰਕੇ ਜਿਹੜੀ ਹੈ ਨਾ ਡਾਕਟਰ ਸਤਿੰਦਰ ਸਰਤਾਜ ਉਹਨਾਂ ਦੀਆਂ ਲਾਈਨਾਂ ਵੀ ਯਾਦ ਆਉਂਦੀਆਂ ਨੇ ਕਿ ਮਿਹਨਤਾਂ ਦੇ ਜਿਨ੍ਹਾਂ ਨੇ ਕਮਾਈ ਕੀਤੀ ਹੁੰਦੀ ਉਹ ਕਦੇ ਟੋਕਰਾ ਚ ਕਾ ਕੇ ਝੱਗਾ ਨਹੀਂ ਛਾੜਦੇ ਹੁੰਦੇ ਜਿਨ੍ਹਾਂ ਨੇ ਮਾਲੀ ਦੇ ਵਾਂਗ ਸਬਰ ਨੂੰ ਜਿਹੜਾ ਪਾਉਂਦੇ ਆ ਪਾਣੀ ਉਹ ਕਦੇ ਫੁੱਲਾਂ ਲੱਦੇ ਬੂਟੇ ਨੂੰ ਝਾੜਦੇ ਨਹੀਂ ਸੋ ਇਸੇ ਤਰ੍ਹਾਂ ਇਸ ਵੀਰ ਨੇ ਉਹ ਬੂਟਾ ਜਿਹੜਾ ਇੱਥੇ ਲਾਉਣੇ ਸ਼ੁਰੂ ਕੀਤੇ ਹੋਏ ਨੇ ਔਰ ਉਸੇ ਤਰੀਕੇ ਨਾਲ ਅੱਜ ਭਾਵੇਂ ਜਿੰਨੀ ਮਿਲਦੀ ਹੈ ਆਪਣੀ ਮਿਹਨਤ ਦੀ ਦਾ ਕਰਕੇ ਖਾਂਦੇ ਨੇ ਆਪਣੀ ਮਾਂ ਦੇ ਹੱਥ ਤੇ ਜਾ ਕੇ ਪੈਸਾ ਧਰਦੇ ਨੇ ਕਿ ਮਾਂ ਤੇਰਾ ਪੁੱਤ ਜਿਹੜਾ ਕਮਾ ਕੇ ਲੈ ਕੇ ਆਇਆ ਕੋਈ ਐਵੇਂ ਨਹੀਂ ਹੈ ਕਿਸੇ ਦੇ ਅੱਗੇ ਹੱਥ ਅੱਡਣੇ ਨੇ ਜਾਂ ਫਿਰ ਮਜਬੂਰੀਆਂ ਦੇ ਵਿੱਚ ਬੰਦਾ ਪੈ ਕੇ ਬਹੁਤ ਕੁਝ ਕਰਦਾ ਕਦੇ ਵੀਰੇ ਕੋਈ ਨਸ਼ੇ ਦੀ ਤਾਂ ਨਹੀਂ ਹੈਗੀ ਤਾਂ ਨਾ ਨਾ ਜੀ ਨਸ਼ਾ ਨਹੀਂ ਨਾ ਜੀ ਕੁਝ ਨਹੀਂ ਖਾਂਦੇ ਪਿੰਦੇ ਹਾਂ ਜੀ ਗੁਜ਼ਾਰਾ ਰੋਟੀ ਦਾ ਹੀ ਮਸਾ ਚੱਲਦਾ ਜੀ ਨਸ਼ਾ ਧਕਾਣਾ ਜੀ ਹਾਂ ਜੀ ਦੇਵਤੂ ਸੀ ਦਾਸ ਰਸ ਨਾ ਤੁਹਾਡੇ ਫਾਦਰ ਸਾਹਿਬ ਨਸ਼ਾ ਕਰ ਰਹੇ ਸੀਗੇ ਘਰ ਦੇ ਵਿੱਚ ਇਹ ਚੀਜ਼ ਹੈਗੀ ਸੀ ਮੇਰਾ ਬਾਪੂ ਕਰਦਾ ਸੀਗਾ ਜੀ ਨਸ਼ਾ ਹਾਂਜੀ ਉਹਨੂੰ ਵੇਖ ਕੇ ਫਿਰ ਨਹੀਂ ਕਿ ਮਨ ਕੀਤਾ ਵੀ ਹਾਂ ਇਹਨੇ ਆਪਦੀ ਨਸ਼ਾ ਚੀ ਜ਼ਿੰਦਗੀ ਗਵਾ ਲਈ ਜੇ ਆਪਾਂ ਵੀ ਇਹੋ ਜਿਹਾ ਕੁਝ ਕਰਾਂਗੇ ਤਾਂ ਆਪਾਂ ਜਿੰਨੀ ਕਿ ਚੰਗਾਨੀ ਬਾਤ ਸਕਦੀ ਨਹੀਂ ਹਾਂ ਹਾਂਜੀ ਵੀਰੇ ਸਾਡੇ ਬੜੇ سارے ਅਰਮਾਨ ਹੁੰਦੇ ਨੇ ਸੁਪਨੇ ਹੁੰਦੇ ਨੇ ਅਸੀਂ ਪੂਰਾ ਕਰਨਾ ਚਾਹੁੰਦੇ ਹੁੰਨੇ ਕਿ ਅਸੀਂ ਨਾ ਆ ਬੰਨਾਇਆ ਤੁਸੀਂ ਕਦੀ ਸੋਚਿਆ ਸੀ ਕਿ ਮੈਂ ਇਹ ਚੀਜ਼ ਬੰਨੀ ਆ ਮੇਰਾ ਖਵਾਬ ਜਿਹੜਾ ਅਧੂਰਾ ਰਹਿ ਗਿਆ ਨਹੀਂ ਜੀ ਕਦੀ ਨਹੀਂ ਸੋਚਿਆ ਸੀਗਾ ਇਹ ਹੂੰ ਸੋਚਣ ਦਾ ਗਰੀਬੀ ਨੇ ਟਾਈਮ ਹੀ ਨਹੀਂ ਦਿੱਤਾ ਜੀ ਬਸ ਗਰੀਬੀ ਹੀ ਨਹੀਂ ਸੀ ਹੂੰ ਹਾਂਜੀ ਪੜਿਆ ਹੋ ਕੁਛ ਕੇ ਨਹੀਂ ਤੁਸੀਂ ਪੜੇ ਨਹੀਂ ਅਣਪੜੀ ਹਾਂ ਜੀ ਹੂੰ ਹਾਂਜੀ ਜਿੱਦਾਂ ਇਹ ਨਾਲ ਤੁਸੀਂ ਆਪਣੇ ਸਾਥੀਆਂ ਦੇ ਝੋਨਾ ਲਾਉਂਦੇ ਹੋ ਹਨਾ ਕਈ ਵਾਰ ਹੁੰਦਾ ਕਿ ਆਪਾਂ ਬੜੇ ਹਾਸੇ ਖੇਡੇ ਕਰਦੇ ਰਹਿੰਨੇ ਆ ਆਪਾਂ ਤੁਸੀਂ ਗੱਲਾਂ ਬਾਤਾਂ ਵੀ ਕਰਦੇ ਹੋਵੋਗੇ ਬਾਈ ਤੂੰ ਕਿਹੜੇ ਪਿੰਡ ਤੋਂ ਆਇਆ ਹਨਾ ਜੇ ਤੁਸੀਂ ਤੁਹਾਨੂੰ ਵੀ ਪੁੱਛਦੇ ਹੋਣਗੇ ਤਾਂ ਬੜੀਆਂ ਗੱਲਾਂ ਨਿਕਲ ਆਉਂਦੀਆਂ ਨੇ ਤੇ ਕੋਈ ਐਵੇਂ ਦੀ ਕੋਈ ਹਾਸੇ ਵਾਲੀ ਗੱਲ ਹੋਵੇ ਜਿਹੜੀ ਤੁਸੀਂ ਬੜਾ ਸੋਚ ਕੇ ਵੀ ਘਰ ਜਾ ਕੇ ਆਸਦੇਵੋ ਕਿ ਵੀਰੇ ਨੇ ਮੈਨੂੰ ਆਹ ਗੱਲ ਆਖੀ ਸੀ ਹਾਂਜੀ ਹਾਂਜੀ ਬਹੁਤ ਕਰੀਦੀਆਂ ਗੱਲਾਂ ਦਾ ਬਣ ਗਿਆ ਮੋਟਿਆਂ ਦੇ ਵਿੱਚ ਵੀ ਜਾਂਦਨਾ ਜੀ ਹੂੰ ਇਹਨੇ ਜਾਣਿਆ ਦੀ ਹੂੰ ਕੋਈ ਨਾ ਕੋਈ ਤਾਂ ਗੱਲ ਕਰਦਾ ਹੀ ਹੈ ਉਹ ਜੀ ਹੂੰ ਫਿਰ ਕਰੇ ਜਾ ਕੇ ਦੱਸੀਦਾ ਵੀ ਆ ਗੱਲ ਉੱਥੇ ਆਈ ਹੋਈ ਸੀ ਆਈ ਹੋਈ ਸੀ ਹਾਂਜੀ ਅਮ ਮੋਬਾਈਲ ਹੈਗਾ ਤੁਹਾਡੇ ਕੋਲ ਹਾਂਜੀ ਹੈਗਾ ਜੀ ਮੋਬਾਈਲ ਛੋਟਾ ਹੀ ਨਵਾਂ ਹੈ ਇੱਕ ਸਿਮ ਵਾਲਾ ਜੀ ਸਿੰਗਲ ਬਟਨਾ ਵਾਲਾ ਕਿ ਦੂਸਰਾ ਨਹੀਂ ਬਟਨਾ ਵਾਲਾ ਇਹ ਜੀ ਬਟਨਾ ਵਾਲਾ ਫਿਰ ਤੁਸੀਂ ਗਾਣੇ ਵੀ ਨਹੀਂ ਸੁਣਦੇ ਹੋਵੋਗੇ ਹਨਾ ਨਹੀਂ ਗਾਣੇ ਵਾਲੇ ਧਿਆਨ ਹੀ ਨਹੀਂ ਜਾਂਦਾ ਜੀ ਨੇਂਤ ਤੇ ਹੀ ਲੱਧਿਆਣਾ ਬਸ ਹਾਂਜੀ ਪੂਰੇ ਦਿਨ ਚ ਕਿੰਨਾ ਕੰਮ ਕਾਜ ਕਰ ਲੈਣੋ ਕਿੰਨੇ ਕ ਦੇ ਤੁਸੀਂ ਦਿਹਾੜੀ ਕਰਦੇ ਆ ਤਹੇ ਪੂਰੇ ਦਿਨ ਚ ਜੀ ਕੋਈ 5-600 ਰੁਪਏ ਦਾ ਕੰਮ ਕਰਦੇ ਹਾਂ ਜੀ। ਹਮ ਜੀ। ਨਹੀਂ ਜਦੋਂ ਸਵੇਰੇ ਕਿੰਨੇ ਕਵਾਜਾ ਦੇ ਆ ਜਾਣੇ ਉਹ ਤੇ ਸ਼ਾਮੇ ਕਿੰਨੇ ਕਵਾਜਾ ਜਾਣੇ ਉਹ। ਸਵੇਰੇ 6 ਵਜੇ ਆ ਜਾਣੇ ਜੀ ਤੇ 6 ਵਜੇ ਚਾਹੀਦਾ ਜੀ। ਸ਼ਾਮੇ 6 ਵਜੇ। ਠੀਕ ਹੈ। ਹਰਮੇਸ਼ਵਰੇ ਜਿਵੇਂ ਅਸੀਂ ਸਰਕਾਰ ਦੀ ਗੱਲ ਕਰ ਲੈਨੇ ਆ ਤਾਂ ਸਰਕਾਰ ਦੇ ਵੱਲੋਂ ਤੁਹਾਨੂੰ ਕੋਈ ਮਦਦ ਮਿਲਦੀ ਹੈ ਜਿਵੇਂ ਅਪਾਹਜ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਕੋਈ ਪੈਨਸ਼ਨ ਆਉਂਦੀ ਹੈ? ਨਹੀਂ ਜੀ ਕੁਛ ਨਹੀਂ ਮਿਲਦਾ ਜੀ ਪੈਨਸ਼ਨ ਹੀ ਮਿਲਦੀ। ਗਿਆ ਸੀਗਾ ਜੀ ਮੋਗੇ ਡਾਕਟਰ ਕੋਲੇ। ਹਮ ਉਨੇ ਕਹਿਆ ਸੀਗਾ ਵੀ ਤੇਰੀ ਨਹੀਂ ਪੈਨਸ਼ਨ ਲੱਗਣੀਗੇ ਹੂੰ ਹਾਂਜੀ ਮੈਂ ਇਸ ਕਰਕੇ ਫਿਰ ਵਾਪਸ ਮੁੜ ਆਇਆ ਕਾਰਨ ਕੀ ਦੱਸਿਓ ਉਹਨਾਂ ਨੇ ਕਿਉਂ ਨਹੀਂ ਲੱਗਣੀ ਕਾਰਨ ਕੋਈ ਨਹੀਂ ਕਹਿੰਦੇ ਵੀ ਤੇਰੀ ਲੱਗਣੀ ਨਹੀਂ ਪੈਨਸ਼ਨ ਬਸ ਗੱਲ ਨਹੀਂ ਸੁਣੀ ਉਹਨਾਂ ਨੇ ਮੇਰੀ ਕੋਈ ਵੀ ਹੂੰ ਇੰਨੀ ਕਨੀ ਤਾਂ ਗਰੀਬ ਕਰਕੇ ਨਹੀਂ ਸੁਣੀ ਹੂੰ ਪਤਾ ਨਹੀਂ ਕੀ ਹਿਸਾਬ ਕਿਤਾਬ ਲੱਗਿਆ ਜੀ ਬਸ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਤੁਹਾਡੇ ਪਿੰਡ ਦੇ ਸਰਪੰਚ ਨਾਲ ਕੋਈ ਦੀ ਮੁਲਾਕਾਤ ਨਹੀਂ ਹੋਈ ਉਹਨਾਂ ਨੂੰ ਨਹੀਂ ਕਿਹਾ ਪਿੰਡ ਦੇ ਸਰਪੰਚ ਨੂੰ ਵੀ ਕਿਹਾ ਸੀਗਾ ਜੀ ਹੂੰ ਉਹਨੇ ਵੀ ਵਾਸੇ ਇਹ ਗੱਲ ਕਹੀ ਆ ਵੀ ਕਾਗਜ਼ ਭਰ ਦੇ ਤੇ ਤੇਰੀ ਪੈਨਸ਼ਨ ਆ ਜਾਓ ਬਸ ਇੰਨੀ ਗੱਲ ਕਹਿ ਕੇ ਤੇ ਚੁੱਪ ਕਰ ਜਾਂਦੇ ਆ ਜੀ ਹੂੰ ਕੋਈ ਨਹੀਂ ਗੱਲ ਸੁਣਦਾਗਾ ਜੀ ਹੂੰ ਪਿੰਡ ਦੇ ਵਿੱਚ ਸਰਪੰਚ ਤਿੰਨ ਆ ਜੀ ਤਿੰਨਾਂ ਕੋਲੇ ਗੱਲ ਕੀਤੀ ਸੀਗੀ ਹੂੰ ਪਰ ਕਿਸੇ ਨੇ ਕੋਈ ਅਜਿਹਾ ਤਕਰ ਕੋਈ ਗੱਲ ਨਹੀਂ ਸਿਰੇ ਲਾਈ ਗਈ ਜੀ ਹੂੰ ਹਾਂ ਜੀ ਔਖਾ ਹੋ ਜਾਂਦਾ ਬਹੁਤ ਜ਼ਿਆਦਾ ਇਦਾਂ ਹਨਾ ਤੇ ਜਿਸ ਤਰ੍ਹਾਂ ਕਿ ਨਾਲ ਕਰਦਾ ਗੁਜ਼ਾਰਾ ਵੀ ਔਖਾ ਹੈ ਤੇ ਜਿੱਥੇ ਅਸੀਂ ਕੰਮ ਇਹ ਕੰਮ ਕਰ ਰਹੇ ਨੇ ਉਹ ਸਾਡੇ ਨਾਲ ਵੀਰ ਜੀ ਮੌਜੂਦ ਨੇ ਗੱਲ ਬਾਤ ਕਰਦੇ ਆ ਸਰਦਾਰ ਮਨਜੀਤ ਸਿੰਘ ਜੀ ਤੁਸੀਂ ਜ਼ਰੂਰ ਆਓ ਇੱਧਰ ਤੇ ਜਿਸ ਤਰੀਕੇ ਨਾਲ ਪਹਿਲਾਂ ਤਾਂ ਤੁਹਾਨੂੰ ਸਲਾਮ ਆ ਕਿ ਤੁਸੀਂ ਆਪੇ ਇੱਥੇ ਕੰਮ ਕਰਵਾ ਰਹੇ ਹੋ ਆਮ ਤੌਰ ਤੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆ ਉਹ ਛੇਧ ਕਿਤੇ ਯਕੀਨ ਨਹੀਂ ਕਰਦੇ ਕਿ ਇਦਾਂ ਦੇ ਬੰਦੇ ਕੰਮ ਕਰਪਾਉਣਗੇ ਜਾਂ ਨਹੀਂ ਪਹਿਲਾਂ ਤੁਸੀਂ ਤਾਂ ਦੇਖਿਆ ਸੀ ਸਹੀ ਸਹੀ ਦੱਸੋ ਤੁਹਾਨੂੰ ਕੀ ਲੱਗਾ ਸੀ ਜਿਸ ਤਰ੍ਹਾਂ ਮੈਂ ਪਹਿਲੇ ਦਿਨ ਆਇਆ ਸਾਡੇ ਘਰ ਨਾ ਰੋਣ ਮੈਂ ਦੇਖਿਆ ਵੀਰ ਦੇ ਹਾਲ ਦੇਖ ਕੇ ਦਰਸ ਆਇਆ ਮੈਂ ਇਹ ਨਾਲਦਿਆਂ ਨੂੰ ਕਿਹਾ ਇਹਨੂੰ ਕਿਹਾ ਮੈਂ ਕਿਹਾ ਵੀਰੇ ਅ ਵੀ ਤੂੰ ਪਨੀਰੀ ਪੱਟ ਲਿਆ ਕਰ ਤੇ ਵੀ ਤੇਰੇ ਸਾਥ ਹੀ ਲਾ ਦਿਆ ਕਰਨਗੇ ਇਹ ਕਹਿੰਦਾ ਨਹੀਂ ਨਾਲ ਪਨੀਰੀ ਵੀ ਪੱਟੂਗਾ ਤੇ ਮੈਂ ਜਾ ਕੇ ਖੇਤ ਦੇ ਵਿੱਚ ਜਾ ਕੇ ਲਵਾਉਂਗਾ ਵੀ ਨਾਲ ਫਿਰ ਮੇਰੇ ਨਾਲ ਝੋਨਾ ਲਾਇਆ ਤਕਰੀਬਨ 4-5 ਕਿੱਲੇ ਮੇਰਾ ਲਾਇਆ ਹੋਰ ਆਣ ਗਾਣ ਲਾਇਆ ਜਦੋਂ ਮੈਂ ਦੇਖਣਾ ਨੇ ਦਿਨੇ ਵੀ ਦੁਪਹਿਰੇ ਵੀ ਜਦੋਂ ਉਧਰੋਂ ਖੇਤ ਨੂੰ ਮ ਜਾਣਾ ਉਸ ਟਾਈਮ ਲੱਗੇ ਹੁੰਦੇ ਸੀਗੇ ਇਸ ਚੀਜ਼ ਨੂੰ ਦੇਖ ਕੇ ਇੱਕ ਬੰਦਾ ਅੰਗਹੀਨ ਹੋ ਕੇ ਨਹੀਂ ਮਿਹਨਤ ਕਰਦਾ ਪਿਆ ਕਈ ਸਾਡੇ ਸਿਆਣੇ ਚੰਗੇ ਭਲੇ ਚੰਗੀਆਂ ਸਿਹਤਾਂ ਵਾਲੇ ਅੰਗ ਪੈਰਾਂ ਦੇ ਹੋਗੇ ਵੀ ਮੰਗਦੇ ਫਿਰਦੇ ਆ ਬਿਲਕੁਲ ਉਹਨਾਂ ਚੀਜ਼ਾਂ ਉਹਨਾਂ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਵੀ ਜੋ ਮੰਗ ਕੇ ਖਾਣਾ ਛੱਡਣਾ ਚਾਹੀਦਾ ਹੂੰ ਇਸ ਤੇ ਜੀ ਠੀਕ ਤੁਹਾਡੀ ਉਮਰ ਦਾ ਤਜਰਬਾ ਅਸੀਂ ਇਹ ਦੇਖ ਲੈਨੇ ਕਿ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਮਿਲੇ ਹੋਗੇ ਬੜੇ ਲੋਕਾਂ ਦਾ ਵਾਹ ਵਾਸਤਾ ਤੁਹਾਡਾ ਰਹਿੰਦਾ ਹੈ ਪਰ ਜਦ ਤੁਸੀਂ ਇੱਧਰ ਦੇ ਲੋਕਾਂ ਨੂੰ ਮਿਲਦੇ ਹੋ ਉਦੋਂ ਕੀ ਸੋਚਦੇ ਹੋ ਕਿ ਤੁਸੀਂ ਇੱਕ ਜ਼ਿੰਮੇਵਾਰ ਪਰਿਵਾਰ ਵਿੱਚੋਂ ਵੀ ਅਕਸਰ ਅਸੀਂ ਜ਼ਿੰਮੇਵਾਰ ਨਾ ਕਹਿ ਦਿੰਦੇ ਹੁੰਨੇ ਕਿ ਪਤਾ ਨਹੀਂ ਇਹ ਸਾਡੇ ਖੇਤਰ ਚ ਪਤਾ ਨਹੀਂ ਪੂਰਾ ਕੰਮ ਕਰੇਗਾ ਜਾਂ ਨਹੀਂ ਕਰੇਗਾ ਉਹ ਦੇਖ ਕੇ ਤੁਸੀਂ ਕੀ ਸੋਚਿਆ ਸੀਗਾ ਇਹ ਤਾਂ ਜੀ ਮੈਂ ਤਾਂ ਪਹਿਲੇ ਦਿਨ ਦੇਖਿਆ ਇਹ ਮੈਂ ਕਿਹਾ ਵੀ ਤੂੰ ਬਣੀ ਨਾ ਪੱਟ ਵੀ ਮੇਰਾ ਭਤੀਜਾ ਜਨੇ ਅੱਗੇ ਬੰਗਲ ਕੀਤੀ ਹੈ ਇਹ ਕਹਿੰਦਾ ਮੈਂ ਚੋਣਾ ਵੀ ਲਾਉਂਗਾ ਇਹਨੇ ਮੈਨੂੰ ਤਰਸਾਇਆ ਮੈਂ ਚੱਲ ਬਾਹਲਾ ਤਾਂ ਨਹੀਂ ਕਹਿੰ ਤਰਸ ਕਰਕੇ ਮੈਨੂੰ ਅੱਖਾਂ 'ਚ ਪਾਣੀ ਆ ਗਿਆ ਵੀ ਇਹ ਬੱਚਾ ਵੀ ਇਹ ਸਾਲ ਤੱਕ ਕੰਮ ਕਰੀ ਜਾਂਦਾ ਪਰ ਇਹਦੀ ਜਿਹੜੀ ਹੈਗੀ ਆ ਸੈਨਫੀਲ ਦਾ ਜਾਂ ਆਪਾਂ ਕਹੀਏ ਦੜ ਰਦਾ ਵੇ ਇਹ ਆਪਦਾ ਮਿਹਨਤ ਕਰਦਾ ਕਹਿੰਦਾ ਮੈਂ ਹੁਣ ਇਹ ਸ਼ਾਮ ਨੂੰ ਇਹਨੇ ਕਿਹਾ 6 ਵਜੇ ਉਹਨੇ ਰਾਤ ਨੂੰ 7:30 ਵਜੇ ਜਾਂਦੀ ਸੀ اچھا ਸ਼ਾਮ ਨੂੰ ਕੋਈ ਨਾ ਟੰਟਾ ਹੁੰਦਾ ਨਾ ਖਾ ਪਰੋ ਤੇ ਮਿਹਨਤ ਬਹੁਤ ਤਕੜੀ ਇਹਦੀਆਂ ਕਿਹਾ ਮੈਂ ਮੰਗ ਕੇ ਨਹੀਂ ਖਾਣਾ ਤੇ ਇਹ ਸਲੂਟ ਇਸ ਦੇ ਗੱਲ ਨੂੰ ਇਸ ਨੂੰ ਬਈ ਕੰਮ ਮਿਹਨਤ ਕਰਨੀਆਂ ਇੱਕ ਉਹਨੇ ਦੱਸਿਆ ਵੀ ਮੇਰੀ ਮਾਤਾ 80 ਸਾਲ ਦੀ ਆ ਹਾਂਜੀ ਤੇ ਪਿਤਾ ਦੀ ਮੌਤ ਹੋ ਗਈ ਆ ਤੇ ਭਰਾ ਵੀ ਵੱਖਰਾ ਹੈਗਾ ਤੇ ਹੰਤਾ ਯੇ ਤੇ ਤਰਸੀ ਬਹੁਤ ਆਇਆ ਬਸ ਅੱਖਾਂ ਚੋਂ ਪਾਣੀ ਜਿਵੇਂ ਆ ਭਾਵਕ ਹੋਈ ਜਾਂਦੇ ਇਸ ਤਰ੍ਹਾਂ ਹੋਰ ਖਲ ਦੇ ਕਹਿੰਦਾ ਮੇਰੇ ਬੱਚੇ ਨੇ ਮੈਂ ਕੀ ਆਦੀਬ ਨੇ 2000 ਦੇ ਕੱਪੜੇ ਲੈ ਕੇ ਦਿਓ ਸਾਡੀ ਤਾਂ ਰਹਿਮ ਬਹੁਤ ਆ ਚਲ ਜੇ ਹੋਰ ਵੀ ਜਿਹੜੇ ਵੇਖਣ ਵਾਲੇ ਰਹਿਮ ਕਰਨ ਇਹਦੇ ਵਿਚਾਰੇ ਦੀ ਜ਼ਿੰਦਗੀ ਦਸਾਰ ਹੋ ਸਕੀ ਅ ਅੰਕਲ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਅਕਸਰ ਨਾ ਆਉਂਦੇ ਆ ਤੇ ਉਹ ਛੇਤੀ ਕੀਤਿਆਂ ਕਹਿੰਦੇ ਕਿ ਸਾਰੇ ਤੋਂ ਕੰਮ ਨਹੀਂ ਹੁੰਦਾ ਸੇ ਭੀਖ ਮੰਗ ਲੈਣੇ ਆ ਜਾਂ ਕਿਸੇ ਦੇ ਦਾਦ ਦਤ ਜਾਂ ਕਹਿਣਗੇ ਕਿ ਸੋ ਕੋਈ ਤੁਰਿਆ ਨਹੀਂ ਜਾਂਦਾ ਤਾਂ ਉਹਨਾਂ ਲੋਕਾਂ ਨੂੰ ਇੱਕ ਵਾਰ ਹਨਾ ਜੇ ਕੈਰੋ ਇਹ ਪਤਾ ਨਹੀਂ ਵੇਖਣਗੇ ਜਾਂ ਨਹੀਂ ਦੇਖਣਗੇ ਪਰ ਇੱਕ ਜਿਹੜੇ ਸਮਾਜ ਰਹਿਣ ਵਾਲੇ ਲੋਕਾਂ ਨੂੰ ਜ਼ਰੂਰ ਕੀ ਸੰਦੇਸ਼ ਦੇਣਾ ਚਾਹਾਂਗੇ ਨਹੀਂ ਇਸ ਤਰ੍ਹਾਂ ਹੀ ਤਾਂ ਅੱਜ ਅਸੀਂ ਗਏ ਸੀ ਗੋਟੀ ਸਿੰਘਾਂ ਉੱਤੇ ਚੰਗਾ ਭਲਾ ਇੱਕ ਜਨਾਬ ਇਸਤਰੀ ਸਾਡੇ ਅਗਲਾ ਅਧਿਕਾਰ ਮੈਂ ਕਿਹਾ ਵੀ ਉਹ ਪਾਜ ਜਿਹੜਾ ਬੰਦਾ ਉਹ ਇੰਨਾ ਕੰਮ ਕਰੀ ਜਾਂਦਾ ਤੁਸੀਂ ਆਪਦੇ ਨੈਣ ਪ੍ਰੈਣ ਸਹੀ ਆ ਤੁਸੀਂ ਇਹ ਤੁਸੀਂ ਮੰਗੀ ਜਾਂਦੇ ਆ ਪਰ ਇਹ ਅਸੀਂ ਮੋੜ ਕੇ ਉਹੀ ਬਾਤ ਗੱਲ ਆਉਂਦੀ ਆ ਵੀ ਇਹ ਬੱਚੇ ਵੇਖ ਕੇ ਸੰਤ ਰਹਿਮ ਬਹੁਤ ਆਇਆ ਤੇ ਦੁਨੀਆਂ ਜਿਹੜੇ ਲੋਕ ਵੇਖਣ ਵਾਲੇ ਬਾਹਰਲੇ ਐਨ ਆਰ ਆਈ ਆ ਦੇ ਇਹਦੀ ਹੈਲਪ ਹੈਲਪ ਕਰਨ ਮਤ ਵੱਦ ਜੀ ਜਿੰਨਾ ਹੋ ਸਕਿਆ ਜੀ ਕਰਾ ਕਿੰਨਾ ਕੁ ਤੁਸੀਂ ਚੋਨਾ ਕਿੰਨੇ ਕਿੱਲਾਂ ਚ ਲਵਾ ਲਿਆ ਹੋਗੇ ਇਹਨਾਂ ਤੋਂ ਇਹਨੇ 7-8 ਕਿੱਲੇ ਸਾਡੇ ਲਾਤਾ ਜੀ ਇਹ 6-7 ਬੰਦੇ ਦੀ ਟੋਲੀ ਹੈ ਜੀ ਇਹ ਆਪਦੇ ਰਿਸ਼ਤਦਾਰੀ ਚ ਰਹਿੰਦਾ ਇੱਥੇ ਤੇ ਉਹ ਰੋਟੀ ਪਾਣੀ ਦੇ ਜਾਂਦੇ ਚਲ ਖਰਚਾ ਤੇ ਘੱਟ ਲੈਣਗੇ ਇਸ ਤੋਂ ਜੀ ਹਾਂ ਤੇ ਬਾਸ ਜੀ ਮਿਹਨਤ ਹਜੇ ਦੋ ਚਾਰ ਦਿਨ ਹੋਰ ਵੀ ਲੱਗਣਗੇ ਹਾਂ ਕਹ ਰਹੇ ਸੀ ਕਿ ਤੁਹਾਡੇ ਲਾਗੇ ਪੱਠਾ ਉੱਥੇ ਵੀ ਕੰਮ ਕਰਦੇ ਸੀ ਪੱਠਾ ਸਾਹਮਣੇ ਜੀ ਉੱਥੇ ਵਿਚਾਰਾ ਇਹ ਤਾਂ ਹਜ਼ਾਰ-ਹਜ਼ਾਰ ਇੱਟ ਪਾ ਦਿੰਦਾ ਜੀ ਮੇਰੇ ਦੋ ਇਹਦੇ ਸਾਥੀਆਂ ਨੇ ਦੱਸਿਆ ਜੀ ਅੱਛਾ ਜੀ ਹਜ਼ਾਰ ਇੱਟ ਜਿਹੜੀ ਹੈ ਬੈਠ ਕੇ ਪਤਨੀ ਪਤਨੀ ਇਹਦੇ ਇਹਦੇ ਦੋਸਤਾਂ ਨੇ ਦੱਸਿਆ ਵੀ ਹਜ਼ਾਰ ਅੱਟ ਸ਼ਾਮ ਨੂੰ ਸਾਫ਼ ਦਿੰਦਾ ਹੈ ਹਾਂ ਹਾਂ ਚਲ 2-4 ਸਭ ਬਣਦਾ ਹੋਊ ਉਹ ਪੈਸੇ ਵੀ ਜਿਸ ਤਰ੍ਹਾਂ ਦੇ ਅੱਟ ਠਹਿਰ ਕੇ ਦਿੰਦੇ ਹੈ ਜੀ ਸਾਫ਼ ਕਰਨ ਵਾਲਾ ਹੋਊ ਮੈਨੂੰ ਲੱਗਦਾ ਹਾਂਜੀ ਅੱਛਾ ਰੇਂਦਾ ਪੱਠੇ ਤੇ ਤੁਹਾਡਾ ਸਾਫ਼ ਕਰਨ ਵਾਲਾ ਹਲੇ ਰੇਂਦਾ ਰਹਿੰਦਾ ਜੀ ਹਾਂਜੀ ਕਿੰਨੇ ਦਿਨ ਰਹੋਗੇ ਉੱਥੋਂ ਪੱਠੇ ਦੇ ਕੰਮ ਛੱਡਿਆ ਨੂੰ ਉੱਥੋਂ ਹੋ ਗਿਆ ਜੀ ਸਾਨੂੰ ਮਹੀਨਾ ਕੰਮ ਛੱਡਿਆ ਨੂੰ ਅੱਛਾ ਕਿਉਂਕਿ ਝੋਨਾ ਲਾਣ ਲੱਗੇ ਨਾ ਤੁਸੀਂ ਤਾਂ ਫਿਰ ਉਹ ਦੇ ਕਰਕੇ ਕਿੰਨੇ ਕੁ ਪੈਸੇ ਹੋਣਗੇ ਤੁਹਾਡੇ ਕੋਲੇ ਉਹ 4-3-4000 ਰੁਪਏ ਹੋਊਗਾ ਜੀ ਜੇ ਤੁਸੀਂ ਮੰਗਣ ਨਹੀਂਗੇ ਉਹਨਾਂ ਤੋਂ ਸਭ ਤਾਂ ਕਰਨਗੇ ਅੱਛਾ ਜੀ ਹਾਂਜੀ ਠੀਕ ਹੈ ਤੇ ਤੁਸੀਂ ਜਦੋਂ ਉੱਥੇ ਜੋ ਅੰਕਲ ਜੀ ਦੱਸ ਰਹੇ ਸੀ ਕਿ 12 ਕਾ 100 ਤੁਸੀਂ 8 ਜਿਹੜੀ ਐ ਉਹ ਬਣਾ ਲੈਣੇ ਹੋ ਤੇ ਉਹ ਕੰਮ ਔਖਾ ਨਹੀਂ ਲੱਗਦਾ ਹੁੰਦਾ ਔਖਾ ਤਾਂ ਲੱਗਦਾ ਜੀ ਕੀ ਕਰੀਏ ਫਿਰ ਕਰਨਾ ਪੈਂਦਾ ਜੀ ਨਾਲ ਦੇ ਨਾਲ ਤੇ ਰੋਟੀ ਤਾਂ ਤਾਂ ਹੀ ਬਣਦੀ ਜੇ ਕਰਾਂਗੇ ਤਾਂ ਜੀ ਹਾਂ ਹਾਂਜੀ ਕਦੀ ਕਿਸੇ ਨੇ ਆਇਆ ਕਿ ਐਸੀ ਨਹੀਂ ਕੰਮ ਕਰਉਣਾ ਤੁਹਾਡੇ ਤੋਂ ਨਹੀਂ ਕਦੀ ਨਹੀਂ ਕਿਸੇ ਨੇ ਕਿਹਾ ਹਾਂਜੀ ਸਾਰੇ ਕਰ ਲੈਣਗੇ ਹਾਂਜੀ ਕਹਿੰਦੇ ਕਰਾ ਹੀ ਲੈਂਦੇ ਕਹਿੰਦੇ ਰੋਟੀ ਫੇਰ ਬਣਨੀ ਹੈ ਜੇ ਕੰਮ ਕਰੀਂਗਾ ਹਾਂ ਬਿਲਕੁਲ ਹਾਂਜੀ ਸੋ ਕੀ ਕਹਿਣਾ ਚਾਹੂੰਗੀ ਸਾਡੇ ਦਰਸ਼ਕਾਂ ਨੂੰ ਕੁਝ ਕਹਿਣ ਦੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕੋਈ ਹੈਲਪ ਕਰਿਆ ਕੇ ਹਾਂਜੀ ਮੈਂ ਕਹਿਣਾ ਕੋਈ ਕਰੇ ਹੈਲਪ ਜੀ ਸਾਡੀ ਜਿੰਨੀ ਵੀ ਹੋ ਸਕਦੀ ਪਰ ਮੂੰਹ ਹੋਣੀ ਆਪਾਂ ਮੰਗ ਹਾਂਜੀ ਅੱਛਾ ਫਿਰ ਘਰ ਕਿਵੇਂ ਦਾ ਬਣਿਆ ਉੱਥੇ ਪਿੰਡ ਕਿੱਦਾਂ ਦਾ ਘਰ ਆ ਤੁਹਾਡਾ ਘਰ ਜੀ ਗਰੀਬ ਹੀ ਆ ਕੱਚਾ ਕਾਇਆ ਜਾਂ ਪੱਕਾ ਆ ਇਹ ਤਾਂ ਪੱਕਾ ਜੀ ਜਣੀ ਕਿ ਮਾੜੇ ਮੋਟੇ ਹੀ ਆ ਵੀ ਕਿੰਨੇ ਕਮਰੇ ਆ ਤਿੰਨ ਕਮਰੇ ਆ ਜੀ ਹਾਂ ਹਾਂਜੀ ਕਿ ਜਾਨੀ ਕਿ ਜੋੜਾਂਆਂ ਜਾੜੀਆਂ ਟੁੱਟੀਆਂ ਟੱਟੀਆਂ ਆਈਆਂ ਜੀ ਅੱਛਾ ਕੋਈ ਢੀ ਗੱਲ ਬਾਤ ਹੈ ਬਾਲਿਆਂ ਵਾਲੀ ਛੱਤ ਹੈ ਨਹੀਂ ਦੂਜੀ ਹੈ ਜੀ ਲੈਂਟਰ ਵਾਲੀ ਹਾਂਜੀ ਅੱਛਾ ਹਾਂਜੀ ਠੀਕ ਹੈ ਸੋ ਕਹਿਣਾ ਚਾਹੁੰਦੇ ਹਾਂ ਕਿ ਤੁਹਾਡੀ ਕੋਈ ਲੋਕ ਆ ਕੇ ਮਦਦ ਕਰਨ ਬਾਹ ਫੜਨ ਹੈ ਨਾ ਜੇ ਤੁਹਾਡਾ ਹੋ ਸਕੇ ਤਾਂ ਲੱਤ ਦਾ ਵੀ ਕੋਈ ਇਲਾਜ ਹੋ ਸਕੇ ਹਾਂਜੀ ਹੋ ਸਕੇ ਸਕਦੀ ਬੜੀਆ ਗੱਲ ਆ ਜੀ ਚਲੋ ਉਹ ਜੀ ਤੇ ਲੱਤ ਦਾ ਇਲਾਜ ਜੀ ਹਾਂਜੀ ਜੀ ਸ਼ੁਕਰੀਆ ਵੀਰੇ ਸਨਗਰ ਬਾਤ ਕਰਨ ਦੇ ਲਈ ਸੋ ਇਸ ਵੀਰ ਨੇ ਕਹਿਣਾ ਹੈ ਕਿ ਮੈਂ ਮਿਹਨਤ ਦੀ ਕਮਾਈ ਚ ਹੀ ਭਰੋਸਾ ਰੱਖਦਾ ਨਾ ਮੈਂ ਮੰਗਣਾ ਨਹੀਂ ਹੈ ਜੇ ਕੋਈ ਕਰਨਾ ਚਾਹੁੰਦਾ ਤਾਂ ਜੀ ਸਦਕੇ ਆ ਕੇ ਕਰੇ ਤੇ ਦੱਸਣਾ ਚਾਹਾਂਗੇ ਕਿ ਤਿੰਨ ਹਾਲਾਂਕਿ ਕਹਿੰਦੇ ਕਿ ਘਰ ਕੱਚਾ ਸੀ ਜਾ ਕੇ ਨਹੀਂ ਦੇਖਿਆ ਕਿਉਂਕਿ ਇੱਥੇ ਪਿੰਡ ਮੋਗੇ ਦੇ ਬਿਲਕੁਲ ਨਜ਼ਦੀਕ ਧਰਮਕੋੜ ਤੋਂ ਅੱਗੇ ਧਰਮਕੋੜ ਤੋਂ ਅੱਗੇ ਢੋਲੇ ਵਾਲੇ ਰੋਡ ਦੇ ਨਾਲ ਹੀ ਪਿੰਡ rauke ਵਾਲਾ ਪੈਂਦਾ ਹੈ rau wala penda hai aur rau wale pind de vich veer haaye chona laga rahe ne aur je kar tusi inhan de koi madad karna chahunde ho ta assi zarur number vi thanu dawange ਜਿਹੜੀ ਚੱਲ ਰਹੀ ਹੈ ਤੁਸੀਂ ਨੰਬਰ ਵੀ ਦੇਖ ਸਕਦੇ ਹੋ ਇੱਥੇ ਇਹ ਵੀਰ ਦਾ ਨੰਬਰ ਹੈ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਹੈਲਪ ਕਰਨਾ ਚਾਹੁੰਦਾ ਹੈ ਤਾਂ ਜ਼ਰੂਰ ਕਰਿਓ ਕਿਉਂਕਿ ਅਸੀਂ ਅਕਸਰ ਕਹਿ ਦਿੰਨੇ ਆ ਕਿ দান ਕਰਨ ਵਾਲਾ ਬੜਾ ਵੱਡਾ ਹੁੰਦਾ ਪੰਜਾਬੀਆਂ ਦੇ ਦਿਲ ਬੜੇ ਵੱਡੇ ਹੁੰਦੇ ਨੇ ਅਕਸਰੀ ਸੋ ਕੋ ਕਿਤੇ ਨਾ ਕਿਤੇ ਜਿਹੜੀ ਆ ਕੇ ਕੋਈ ਨਾ ਕੋਈ ਆ ਕੇ ਬਾਜ਼ ਜ਼ਰੂਰ ਫੜੇਗਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਹਮੇਸ਼ਾ ਨਾਮ ਰੋਸ਼ਨ ਕਰਦੇ ਨੇ ਮਿਹਨਤ ਕਰਕੇ ਖਾਂਦੇ ਨੇ ਤੇ ਮਿਹਨਤ ਕਰਨ ਵਾਲਿਆਂ ਦੇ ਲਈ ਤਾਂ ਆਪਾਂ ਖੁਦ ਵੀ ਅੱਗੇ ਆਉਣੇ ਆ ਕਿਉਂਕਿ ਪਰਮਾਤਮਾ ਵੀ ਅਜੇ ਨਾਲ ਦੇ ਨਾਲ ਕਿ ਕਿੰਨਾ ਚੰਗਾ ਪਰਿਵਾਰ ਮਿਲਿਆ ਇੱਥੇ ਤੇ ਜਿਹੜਾ ਜਿਨ੍ਹਾਂ ਦੇ ਖੇਤਾਂ ਦੇ ਵਿੱਚ 7-8 ਕਿਲੋ ਹੁਣ ਤੱਕ ਝੋਨਾ ਲੱਗਾ ਲਿਆ ਹੋਰ ਵੀ ਲਗਾ ਰਹੇ ਨੇ ਸੋ ਇੱਥੋਂ ਦਾ ਪਰਿਵਾਰ ਵੀ ਬਹੁਤ ਇਹਨਾਂ ਦੀ ਹੈਲਪ ਕਰ ਰਿਹਾ ਸੋ ਕੋਈ ਨਾ ਕੋਈ ਫਰਿਸ਼ਤਾ ਬਣ ਕੇ ਜ਼ਰੂਰ ਆਇਓ ਹੁਣ ਤੁਹਾਡੇ ਦਿਲਾਂ ਮਾਗੀ ਆਗਿਆ ਕੈਮਰਾ ਪਰਸਨ ਵਿੱਕੀ ਜਰਖੜ ਦੇ ਨਾਲ ਮਨਦੀਪ ਕੌਰ ਸੰਦੂ ਸਤਿ ਸ਼੍ਰੀ ਅਕਾਲ